ਸ਼ਸ਼ਕਲ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਮਿਆਸਮ ਇਤਾਲੀਵਾਲ ਬੀਤੇ ਦਿਨੀ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਸੀਗਾ ਜਿਸ ਤੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਗੈਂਗਸਟਰਵਾਦ ਖਤਮ ਕਰਨ ਲਈ ਸੀਐਮ ਮਾਨ ਦੇ ਆਦੇਸ਼ ਪਿਛਲੀਆਂ ਸਰਕਾਰਾਂ ਨੇ ਪਾਲੇ ਸੀ ਗੈਂਗਸਟਰ ਇਹ ਅਨਮੋਲ ਗਗਨਮਾਨ ਦੇ ਵੱਲੋਂ ਕਿਹਾ ਗਿਆ ਤੇ ਬੀਤੇ ਦਿਨੀ ਅਮ੍ਰਿਤਸਰ ਦੇ ਪਕਨਾ ਪਿੰਡ ਦੇ ਵਿੱਚ ਰੂਪਾ ਤੇ ਮੰਨੂ ਦਾ ਐਨਕਾਊਂਟਰ ਹੋਇਆ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਉਹਨਾਂ ਦੀ ਸ਼ਲਾਘਾ ਕੀਤੀ ਆ ਮੀਤ ਹੇਰ ਦੇ ਵੱਲੋਂ ਵੀ ਕਾਨਫਰੰਸ ਕਰਕੇ ਉਹਨਾਂ ਦੀ ਸ਼ਲਾਘਾ ਕੀਤੀ ਗਈ ਹੁਣ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਦੇ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ ਅਤੇ ਸੀਐਮ ਆਪਣੀ ਸਰਕਾਰ ਦੀ ਵੀ ਸ਼ਲਾਘਾ ਕੀਤੀ ਗਈ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਤੇ ਸਿੱਖ ਜਗਤ ਨਾਲ ਜੁੜੀ ਹੋਈ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਜਿਹੜਾ ਹੋਇਆ ਸੀਗਾ ਉਸ ਦੇ ਵਿੱਚ ਕੱਲ ਇਨਕਾਊਂਟਰ ਹੋ ਚੁੱਕੇ ਦੋ ਜਿਹੜੇ ਗੈਂਗਸਟਰ ਨੇ ਉਹ ਮਾਰੇ ਗਏ ਨੇ ਤੇ ਸਰਨਾਮਨ ਹਰਮੋਨ ਗਗਨਮਾਨ ਕੈਬਨਟ ਮੰਤਰੀ ਨੇ ਗੱਲਬਾਤ ਕਰਨੀ ਹੈ ਮੈਂ ਪਹਿਲੇ ਤਾਂ ਗੱਲ ਤੁਸੀਂ ਵੀ ਸਿੰਗਰ ਸੀ ਉਹ ਵੀ ਸਿੰਗਰ ਸੀ ਕਤਲ ਹੋਇਆ ਹੁਣ ਉਹਨਾਂ ਦਾ ਬਦਲਾ ਜਿਹੜਾ ਪੰਜਾਬ ਪੁਲਿਸ ਵੱਲੋਂ ਲੈ ਲਈ ਤਾਂ ਗਿਆ ਕਿਵੇਂ ਦੇਖਦੇ ਹੋ ਬਿਲਕੁਲ ਜੀ ਪਰ ਇਸ ਤਰੀਕੇ ਦਾਪਦਾਬ ਨੂੰ ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਪੰਜਾਬ ਸਰਕਾਰ ਬਰਦਾਸ਼ਤ ਨਹੀਂ ਕਰੂਗੀ ਪੰਜਾਬ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੈ ਤੇ ਸਰਕਾਰ ਇਸ ਲਈ ਸਖਤ ਤੋਂ ਸਖਤ ਕਾਰਵਾਈ ਕਰੂਗੀ ਤੇ ਸੀਐਮ ਸਾਹਿਬ ਦੇ ਆਦੇਸ਼ ਇਹ ਸਖਤ ਨੇ ਕਿ ਕੋਈ ਵੀ ਇਹੋ ਜਿਹਾ ਮਾਹੌਲ ਕ੍ਰੀਏਟ ਹੁੰਦਾ ਤਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਸੀਐਮ ਭਗਵੰਤ ਸਿੰਘ ਮਾਨ ਵੱਲੋਂ ਅੱਜ ਮੀਟਿੰਗ ਵੀ ਕੀਤੀ ਗਈ ਆ ਕਿ ਜਿਹੜੇ ਗੈਂਗਸਟਰਵਾਦ ਆ ਉਹਨੂੰ ਖਤਮ ਕਰਨਾ ਹੈ। ਹਾਲਾਂਕਿ ਜਿਹੜੇ ਪੰਜਾਬ ਦੇ ਜੀਪੀ ਨੇ ਉਹ ਵੀ ਇਹ ਗੱਲ ਕਹਿੰਦੇ ਹੋਏ ਨੇ ਕਿ ਗੈਂਗਸਟਰ ਜਿਹੜੇ ਨੇ ਉਹ ਖਤਮ ਕੀਤੇ ਜਾਣਗੇ ਤਾਂ ਗੈਂਗਸਟਰਵਾਦ ਸ਼ਬਦ ਆਇਆ ਕਿੱਥੋਂ? ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਸ਼ਬਦ ਨਹੀਂ ਸੀ। ਦੇਖੋ ਪਿੱਛੇ ਜੇ ਕੁਝ ਗੈਂਗਸਟਰਸ ਦੀ ਆਡੀਓ ਆਈ ਉਹਦੇ ਵਿੱਚ ਗੈਂਗਸਟਰਾਂ ਦਾ ਦੁਬਾਰਾ ਇਹ ਗੱਲ ਕਹੀ ਗਈ ਕਿ ਸਰਕਾਰਾਂ ਸਾਨੂੰ ਖੜਾ ਕਰ ਦਿੰਦੀਆਂ ਨੇ ਫਿਰ ਵਰਤਦੀਆਂ ਨੇ ਫਿਰ ਸਰਕਾਰਾਂ ਸਾਨੂੰ ਛੱਡ ਦਿੰਦੀਆਂ ਨੇ ਫਿਰ ਉਸ ਤੋਂ ਬਾਅਦ ਅਸੀਂ ਇਹ ਕੰਮ ਕਰਨੇ ਸਟਾਰਟ ਕਰ ਦਿੰਦੇ ਆ ਇਹ ਜਿਹੜੀਆਂ ਸਰਕਾਰਾਂ ਨੇ ਜਾਂ ਤੇ ਇਹਨਾਂ ਨੇ ਨੌਜਵਾਨਾਂ ਨੂੰ ਸਾਡੇ ਨਸ਼ਿਆਂ ਤੇ ਲਾਤਾ ਸੀ ਪਿਛਲੀਆਂ ਸਰਕਾਰਾਂ ਦੇ ਪਾਲੇ ਹੋਏ ਅਸੀਂ ਤੇ ਹੁਣੇ-ਹੁਣੇ ਆਏ ਆ ਜੀ ਅਸੀਂ ਤੇ ਸਾਰਾ ਉਹਨਾਂ ਦਾ ਜਿਹੜਾ 75 ਸਾਲਾਂ ਦੇ ਵਿੱਚ ਖਲਾਰੇ ਪਾਏ ਹੋਏ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੰਨਦੇ ਹੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਹ ਜਿਹੜਾ ਗੈਂਗਸਟਰ ਹੈ ਉਹ ਪਾਲੇ ਗਏ ਸੀ ਤੇ ਗੈਂਗਸਟਰ ਵਾਂਗ ਸਮਝ ਲਾਉ ਉੱਥੇ ਨਿਕਲੇ ਡੈਫੀਨੇਟਲੀ ਪਿਛਲੀਆਂ ਸਰਕਾਰਾਂ ਦਾ ਕੰਮ ਕੀ ਸੀਗਾ ਨੌਜਵਾਨਾਂ ਨੂੰ ਨਸ਼ਿਆਂ ਤੇ ਪਾਉਣਾ ਨੌਜਵਾਨਾਂ ਨੂੰ ਦੇਸ਼ ਤੋਂ ਛੱਡਣ ਲਈ ਮਜਬੂਰ ਕਰਨਾ ਬੇਰੁਜ਼ਗਾਰੀ ਦੇ ਕੇ ਤੇ ਇਹੋ ਜੇ ਕੰਮ ਕਰਨੇ ਪਾਲਨੇ ਫਿਰ ਉਹਨਾਂ ਨੂੰ ਛੱਡਣਾ ਤੇ ਉਹੀ ਅਗਰੈਸਿਵ ਅਗਰੈਸਿਵ ਕਹਿ ਲਓ ਕਿ ਅਗਰੈਸਿਵ ਹੋ ਕੇ ਫਿਰ ਉਹ ਇਹੋ ਜੇ ਕਦਮ ਚੱਕਦੇ ਨੇ ਤੇ ਮੈਂ ਤੇ ਸਾਰਿਆਂ ਨੂੰ ਇਈਓ ਬੇਨਤੀ ਕਰਦੀ ਆ ਕਿ ਜਿਹੜਾ ਸਾਡਾ ਪੰਜਾਬ ਹੈ ਇਹ ਸ਼ੁਰੂ ਤੋਂ ਦੁਖੀ ਦਿਖਦਾ ਰਿਹਾ ਹੈ ਸਾਡੇ ਬਜ਼ੁਰਗ ਇਸ ਚੀਜ਼ ਦੀ ਵੇਟ ਕਰ ਰਹੇ ਨੇ ਵੀ ਕਦੇ ਚੰਗਾ ਵੇਲਾ ਆਊਗਾ ਜਦੋਂ ਤੁਸੀਂ ਕਿਸੇ ਨੂੰ ਮਾਰ ਦਿੰਦੇ ਹੋ ਉਹਦੀ ਜਿਹੜੇ ਮਾਤਾ ਪਿਤਾ ਨੇ ਉਹ ਬਹੁਤ ਦੁਖੀ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਚ ਜਾਣ ਦਾ ਕੋਈ ਸਹਾਰਾ ਨਹੀਂ ਬਚਦਾ ਨਾਲ ਵਾਲੇ ਸਿੱਧੂ ਮੂਸੇਵਾਲਾ ਵੀਰ ਨੂੰ ਮਾਰ ਕੇ ਤੇ ਸਾਰਾ ਪੰਜਾਬ ਦੁਖੀ ਕਰਤਾ ਹਨਾ ਉਹ ਵੀ ਰੋਇਆ ਜਿਹੜਾ ਨਹੀਂ ਗਾਣੇ ਸੁਣਦਾ ਤੇ ਇਸ ਤਰੀਕੇ ਹੋਰ ਵੀ ਕਈ ਜਿਨ੍ਹਾਂ ਦੇ ਨਾਮ ਹੀ ਨਾਮ ਨਹੀਂ ਹੁੰਦੇ ਉਹ ਵੀ ਬਲੀ ਚੜ ਜਾਂਦੇ ਨੇ ਜੇ ਜਦੋਂ ਤੁਸੀਂ ਫਿਰ ਅਨਕਾਊਂਟਰ ਦੇ ਵਿੱਚ ਮਾਰੇ ਜਾਣੇ ਹੋ ਕਿਉਂਕਿ ਜਦੋਂ ਹਥਿਆਰ ਜੱਕੀ ਫਿਰੋਗੇ ਸਾਰੀ ਦਿਹਾੜੀ ਵੇਕਸੂਰਾ ਨੂੰ ਅਸੀਂ ਮਾਰਾਂਗੇ ਆਪਦੀਆਂ ਪਰਸਨਲ ਖੁੰਧਕਾਂ ਕਰਕੇ ਤਾਂ ਤੁਹਾਡੀਆਂ ਵੀ ਮਾਮਾ ਫਿਰ ਰੋਂਦੀਆਂ ਨੇ ਉਹਨਾਂ ਨੂੰ ਵੀ ਦੁੱਖ ਹੁੰਦਾ ਤੁਸੀਂ ਵੀ ਪੰਜਾਬ ਦੀ ਹੋ ਵੀ ਪੰਜਾਬ ਦੇ ਨੇ ਵਿੱਚ ਖੜਾਰੀ ਨੇ ਕਹਿੰਦੇ ਵਿੱਚ ਚੰਗੇ ਚੰਗੇ ਘਰਾਂ ਦੇ ਬੱਚੇ ਨੇ ਕਿਉਂ ਤੁਸੀਂ ਇਸ ਰਾਹੇ ਤੁਰੇ ਹੋ ਤੁਹਾਨੂੰ ਸਾਰਿਆਂ ਨੇ ਕਿਹਾ ਵੀ ਸਰੈਂਡਰ ਕਰ ਦਿਓ ਜ਼ਿੰਦਗੀ ਨੂੰ ਇੱਕ ਮੌਕਾ ਦਿਓ ਕੀ ਰੱਖਿਆ ਨਾ ਚੀਜ਼ਾਂ ਦੇ ਵਿੱਚ ਬਾਰੀ-ਬਾਰੀ ਮਿਲਦੀ ਹੈ ਜ਼ਿੰਦਗੀ ਤਾਨੂੰ ਤੁਸੀਂ ਕੋਈ ਚੰਗੀ ਕੰਮ ਦੇ ਵਿੱਚ ਯੋਗਦਾਨ ਪਾਓ ਐਸੇ ਪੈਸੇ ਦਾ ਕੀ ਕਰਨਾ ਜਿਹੜਾ ਕਿਸੇ ਦੀ ਮੌਤ ਤੇ ਕਿਸੇ ਦੇ ਹੰਝੂਆਂ ਤੇ ਕਮਾਇਆ ਹੋਵੇ ਜਿਹੜਾ ਤੁਹਾਨੂੰ ਉੱਠਣ ਲੱਗੇ ਡਰ ਲੱਗੇ ਸੌਣ ਲੱਗੇ ਡਰ ਲੱਗੇ ਇਹ ਤੋਂ ਬੈਟਰ ਆ ਜਿਆਦਾ ਸਰ ਹੁਣ ਇਹ ਦੋ ਜਣੇ ਸਰੈਂਡਰ ਕਰ ਦਿੰਦੇ ਤੇ ਕੀ ਜਾਂਦਾ ਸੀ ਮਾਂ ਪਿਓ ਨੂੰ ਇਹਨਾਂ ਨੂੰ ਇਹਨਾਂ ਦੁੱਖ ਤਾਂ ਨਹੀਂ ਲੱਗਣਾ ਸੀ ਸੋ ਇਹ ਨਹੀਂ ਕਰੋਗੇ ਤਾਂ ਪੰਜਾਬ ਸੀਐਮ ਸਾਹਿਬ ਦੇ ਸਖਤ ਦੇਸ਼ ਨੇ ਵੀ ਗੈਂਗਸਟਰਵਾਦ ਨੂੰ ਡਰੱਗਸ ਨੂੰ ਪੰਜਾਬ ਤੋਂ ਖਤਮ ਕਰ ਲਈ ਸਖਤ ਕਾਰਵਾਈ ਕੀਤੀ ਜਾਵੇ ਤੇ ਅਸੀਂ ਪੰਜਾਬ ਨੂੰ ਚੰਗਾ ਬਣਾਉਣ ਲਈ ਬਜ਼ੁਰਗਾਂ ਦੇ ਜੋ ਸੋਚ ਰਹੇ ਆ ਵੀ ਪੁੱਤ ਜਦੋਂ ਜਾਈਦਾ ਨਾ ਜੀ ਅਸੀਂ ਗਰਾਊਂਡ ਤੇ ਤਾਂ ਉਹਨਾਂ ਦੀ ਇੱਕ ਗੱਲ ਹੁੰਦੀ ਕਿ ਪੁੱਤ ਪੰਜਾਬ ਦੇ ਵਿੱਚ ਮਾਹੌਲ ਚੰਗਾ ਰਹੇ ਅਮਨ ਸ਼ਾਂਤੀ ਬਣੀ ਰਹੇ ਅਸੀਂ ਉਹਨਾਂ ਦਾ ਉਹ ਤਮੰਨਾ ਪੂਰੀ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਆ ਤੇ ਅਸੀਂ ਕਾਰਵਾਈ ਕਰਾਂਗੇ ਜੀ ਲੱਗਦਾ ਇਹ ਦੀ ਪਿਛਲੀ ਸਰਕਾਰ ਦੇ ਵਿੱਚ ਗੈਂਗਸਟਰ ਜਿਹੜੇ ਨੌਜਵਾਨ ਪ੍ਰੀਖਾ ਕਾਫੀ ਬੰਦੇ ਸੀ ਜਾਂ ਨਸ਼ਾ ਵਲ ਜਦਾ ਜਾਂਦੇ ਸੀ ਜਾਂ ਫੋਰਨ ਜਿਹੜੀ ਚੱਲੀ ਜਾਂਦੀ ਸੀ ਤਾਂ ਹੁਣ ਉਹਨਾਂ ਨੂੰ ਰੋਕਣ ਦੇ ਲਈ ਤੇ ਉਹਨਾਂ ਨੂੰ ਕੀ ਸੁਨੇਹਾ ਦੇ ਰਹੇ ਹੋ ਦੇਖੋ ਡਰੱਗਸ ਉੱਤੇ ਵੀ ਸਰਕਾਰ ਆ ਜਿਹੜੀ ਸਖਤ ਐਕਸ਼ਨ ਸਰਕਾਰ ਨੇ ਚਾਰੇ ਪਾਸੇ ਕਹਿ ਦਿੱਤਾ ਹੈ ਸੀਐਮ ਸਾਹਿਬ ਨੇ ਕਿ ਸਖਤ ਕਾਰਵਾਈ ਕਰੋ ਬੰਦੇ ਅੰਦਰ ਵੀ ਹੋ ਰਹੇ ਨੇ ਡਰਗ ਕੇਸਾਂ ਦੇ ਵਿੱਚ ਹੋਰ ਵੀ ਖਤਮ ਕਰ ਦਵਾਂਗੇ ਪੂਰਾ ਸਰਕਾਰ ਇਸ ਚੀ ਲਈ ਯਤਨਸ਼ੀਲ ਆ ਗੈਂਗਸਟਰ ਬਾਦ ਬਿਲਕੁਲ ਨਾਰਮਲ ਬੰਦੇ ਬਣੋ ਸਾਰੇ ਜਾਂ ਸਰੈਂਡਰ ਕਰੋ ਆਪਣੀ ਚੰਗੀ ਜ਼ਿੰਦਗੀ ਜੀਣਾ ਸ਼ੁਰੂ ਕਰੋ ਤਾਂ ਕਿ ਤੁਹਾਡੇ ਮਾਪਿਓ ਵੀ ਨਾ ਰੋਲਣ ਉਹ ਵੀ ਨਾ ਰੋਣ ਤੇ ਦੂਜਿਆਂ ਦੇ ਮਾਪਤੀ ਪੁੱਤ ਵੀ ਸੇਫ ਰਹਿਣ ਅਸੀਂ ਕੋਈ ਇਥੇ ਇਹੋ ਜੇ ਕੰਮ ਕਰਕੇ ਕਿਸੇ ਦਾ ਵੀ ਨਹੀਂ ਜੀ ਕਰਦਾ ਹੁੰਦਾ ਪਰ ਜੇ ਤੁਸੀਂ ਕਿਸੇ ਬੇਗਨਾ ਨੂੰ ਮਾਰੋਗੇ ਰੋਕਣਾ ਤਾਂ ਪੈਣਾ ਹੀ ਹੈ ਹਥਿਆਰ ਲੈ ਕੇ AK47 ਵਰਗੀਆਂ ਰਫਲਾਂ ਲੈ ਕੇ ਘੁੰਮੋਗੇ ਤੇ ਉੱਤੇ ਐਕਸ਼ਨ ਤਾਂ ਲੈਣਾ ਹੀ ਪਊਗਾ ਸੋ ਸਰਕਾਰ ਲੱਗੀ ਹੋਈ ਹੈ ਜੀ ਹਰ ਪਾਸੇ ਲੱਗੀ ਹੋਈ ਹੈ ਨੌਜਵਾਨਾਂ ਨੂੰ ਇਥੇ ਚੰਗਾ ਮਾਹੌਲ ਦਵਾਂਗੇ ਪੰਜਾਬ ਨੂੰ ਚੰਗੇ ਲਈ ਤੇ ਪਾਇਆ ਇਥੇ ਮਾਹੌਲ ਚੰਗਾ ਹੋਇਆ ਲੋਕਾਂ 'ਚ ਥੋੜੀ ਰੁਜ਼ਗਾਰ ਦੀ ਗੱਲ ਹੋਈ ਹੈ ਜਦੋਂ ਸਿੱਖਿਆ ਦੀ ਗੱਲ ਹੋਊਗੀ ਚੰਗੇ ਸਿਸਟਮ ਦੀ ਗੱਲ ਹੋਊਗੀ ਤਾਂ ਆਪਣੇ ਆਪ ਜਿਹੜਾ ਨੌਜਵਾਨ ਆ ਪੰਜਾਬ 'ਚ ਰਹਿਣਾ ਪਸੰਦ ਕਰੂਗਾ ਕਿਤੇ ਨਾ ਕਿਤੇ ਦੇਖਿਆ ਲੱਗਿਆ ਕਿ ਆਵਾਦੀ ਪਾਰਟੀ ਜੋ ਸਰਕਾਰ ਆਈ ਹੈ ਤਾਂ ਗੈਂਗਸਟਰ ਵਰਗ ਕਿਤਨਾ ਕਿਤੇ ਪਹਿਲਾਂ ਨਾਲੋਂ ਜ਼ਿਆਦਾ ਹੋ ਚੁੱਕਿਆ ਤਾਂ ਉਸ ਨੂੰ ਨਰਥਪਾਨ ਦੀ ਕੋਸ਼ਿਸ਼ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੁਰਮ ਕੀਤੀ ਜਾ ਰਹੀ ਹੈ ਡੀਜੀਪੀ ਵੱਲੋਂ ਜੁਰਮ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਗੈਂਗਸਟਰ ਨਾ ਜਿਵੇਂ ਇੱਥੇ ਮੇਰੇ ਕੋਈ ਬੈਠਾ ਹੋਵੇ ਮੈਂ ਉਹਨੂੰ ਕਹਾਂ ਗੈਂਗਸਟਰ ਬਣ ਜਾ ਇਦਾਂ ਦੇ ਬੰਦੇ ਹੁੰਦੇ ਗੈਂਗਸਟਰ ਪੁਰਾਣੇ ਪਾਲੇ ਹੋਏ ਆ ਗੈਂਗਸਟਰ ਤੇ ਜਦੋਂ ਹੁਣ ਉਹ ਸਰਕਾਰਾਂ ਸਾਡੀ ਸਰਕਾਰ ਕਿਸੇ ਨੂੰ ਫੀਡ ਨਹੀਂ ਕਰਦੀ ਸਾਡੀ ਸਰਕਾਰ ਕਿਸੇ ਨੂੰ ਪਾਲਦੀ ਨਹੀਂ ਉਹ ਸਰਕਾਰਾਂ ਦੀਆਂ ਸਰਕਾਰਾਂ ਡਿੱਗ ਗਈਆਂ ਕਾਲੀ ਕਾਂਗਰਸੀ ਨਹੀਂ ਰਹੀ ਤੇ ਉਹ ਆਪਣੇ ਆਪ ਹੀ ਉਹਨਾਂ ਨੇ ਜਿਹੜੇ ਉਹਨਾਂ ਦੇ ਪਾਲੇ ਹੋਏ ਆਪਣੇ ਲਈ ਪਰਸਨਲ ਯੂਜ਼ ਲਈ ਜਿਹਨਾਂ ਨੂੰ ਯੂਜ਼ ਕਰਦੇ ਸੀ ਉਹ ਬਾਹਰ ਆ ਜਾਂਦੇ ਆ ਤੇ ਹੁਣ ਸਰਕਾਰ ਇਹ ਥੋੜੀ ਤਾਂ ਅਸੀਂ ਬਰਦਾਸ਼ਤ ਕਰ ਸਕਦੇ ਆ ਵੀ ਅੱਗੇ ਕਈ ਲੋਕ ਤੇ ਅੱਗੇ ਬੋਲਦੇ ਨਹੀਂ ਸੀ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਵੱਡੇ ਵੱਡੇ ਵਿੱਚ ਕਈ ਚੁੱਪੀ ਰਹਿ ਜਾਂਦੇ ਸੀ ਤੇ ਜੇ ਕੋਈ ਨਾਮੀ ਬੰਦਾ ਉਹਦਾ ਨਾਮ ਆਬਵੀਅਸਲੀ ਉੱਪਰ ਆ ਜਾਂਦਾ ਸੋ ਸਾਡੀ ਸਰਕਾਰ ਦੇ ਵਿੱਚ ਨਹੀਂ ਇਹ ਪੁਰਾਣੇ ਫਾਲੇ ਹੋਏ ਨੇ ਸਰਕਾਰ ਤੇ ਸਾਰਾ ਉਹ ਸਿਸਟਮ ਨੂੰ ਸੈੱਟ ਕਰਨ ਉੱਤੇ ਲੱਗੀ ਹੋਈ ਹੈ ਤੇ ਹਾਲੇ ਕੁਝ ਕੁ ਮਹੀਨੇ ਹੋਏ ਨੇ ਸਰਕਾਰ ਨੂੰ ਹਰ ਚੀਜ਼ ਲਈ ਸਮਾਂ ਚਾਹੀਦਾ ਹੁੰਦਾ ਤੇ ਪੰਜਾਬ ਪੁਲਿਸ ਦਾ ਸੀਐਮ ਸਾਹਿਬ ਦਾ ਇਹ ਸਾਰਿਆਂ ਦਾ ਸਰਕਾਰ ਦਾ ਬੜਾ ਬੜਾ ਵਧੀਆ ਇਹ ਇੱਕ ਜਿਹੜਾ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਜੋ ਪੰਜਾਬ ਦੇ ਵਿੱਚ ਇਹਨਾਂ ਹਾਲਾਤਾਂ ਨੂੰ ਕਾਬੂ ਕਰਨ ਲਈ ਉਹਨਾਂ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਇਸੀ ਹਾਰਮੋਨ ਕਗੇ ਮੰਤਰੀ ਜੀ ਦੇ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਗੈਂਗਸਟਰਵਾਦ ਨਹੀਂ ਬਰਦਾਸ਼ਤ ਕੀਤਾ ਜਾਏਗਾ ਤਾਂ ਉਹਨਾਂ ਨੂੰ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਜਿਹੜੀ ਹੈ ਤੇ ਨਾਲ ਦੇ ਨਾਲ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜੇ ਖਾਸ ਆਰਡਰ ਹੋਏ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੁਣ ਗੈਂਗਸਟਰਵਾਦ ਖਤਮ ਹੁੰਦਾ ਹੋਇਆ ਜ਼ੂਰ ਨਜ਼ਰ ਆਏਗਾ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸਰੀਦਨਾਲ ਸੰਦੀਪ ਸਿੰਘ ਇੰਡੀਆ ਨਿਊਜ਼ ਪੰਜਾਬ